ਹਾਂਜੀ ਭਾਅ ਜੀ, ਅੱਗ ਕਿੱਦਾਂ ਲੱਗੀ? ਇਹਦਾ ਕਾਰਨ ਹਲੇ ਪਤਾ ਨਹੀਂ ਲੱਗਿਆ। ਸਾਡੇ ਕੋਲ 5:15 ਸਵੇਰੇ ਕਾਲ ਆਈ ਸੀ, ਮੌਕੇ 'ਤੇ ਗੱਡੀਆਂ ਸਾਡੀਆਂ ਪਹੁੰਚ ਗਈਆਂ ਨੇ, ਸਟਾਫ ਪਹੁੰਚ ਗਿਆ ਸੀਗਾ, ਕੰਟਰੋਲ ਕਰ ਲਿਆ, ਪਰ ਇਹ ਦੁਕਾਨ ਪੂਰੀ ਦੀ ਪੂਰੀ ਸੜ ਗਈ ਹੈ। ਟੋਟਲ ਕਿੰਨੇ ਦਾ ਨੁਕਸਾਨ ਹੋਇਆ? ਹਲੇ ਕੁਛ ਨਹੀਂ ਪਤਾ ਜੀ, ਨੁਕਸਾਨ ਬਾਰੇ ਹਲੇ ਕੋਈ ਪਤਾ ਨਹੀਂ। ਤੁਹਾਨੂੰ ਕਾਲ ਕਿੰਨੇ ਵਜੇ? ਸਾਡੇ ਕੋਲ 5:30 ਕਾਲ ਆਈ ਹੈ ਤਕਰੀਬਨ। ਇਹਨਾਂ ਦਾ ਕਹਿਣਾ ਕਿ ਫਾਇਰ ਬ੍ਰਿਗੇਡ 1.5 ਘੰਟੇ ਲੇਟ ਆਈ ਹੈ। ਇਹ ਤਾਂ ਪਹਿਲਾਂ ਇਹਨਾਂ ਦੀ ਗੱਲ ਹੁੰਦੀ ਜੀ, ਲੇਟ ਆਈ, ਲੇਟ ਆਉਣ ਦਾ ਮਤਲਬ ਹੀ ਨਹੀਂ। ਸਾਡੇ ਕੋਲ ਕਾਲ ਆਈ 2 ਮਿੰਟ 5 ਮਿੰਟ ਬਾਅਦ ਗੱਡੀ ਇੱਥੇ ਪਹੁੰਚ ਗਈ ਹੈ। ਇਹਨਾਂ ਦਾ ਇਹ ਵੀ ਕਹਿਣਾ ਕਿ ਗੱਡੀਆਂ ਦੇ ਵਿੱਚ ਪਾਣੀ ਨਹੀਂ। ਬਿਲਕੁਲ ਗੱਲ ਤਾਂ ਕੋਈ ਇਹੋ ਜਿਹੀ ਨਹੀਂ, ਜੇ ਪਾਣੀ ਨਾ ਹੁੰਦਾ ਤਾਂ ਅੱਗ ਕਿੱਦਾਂ ਬੁਝਦੀ? ਯਾਨੀ ਅੱਗ ਪੂਰੀ ਲੱਗੀ ਹੋਈ ਸੀ? ਪੂਰੀ ਲੱਗੀ ਸੀ, ਪੂਰੀ ਬਿਲਡਿੰਗ ਖਤਮ ਹੋ ਗਈ, ਪਰ ਅਸੀਂ ਪੂਰੀ ਪੂਰੀ ਹੁਣ ਅਸੀਂ ਕੰਟਰੋਲ ਕਰ ਲਿਆ ਅੱਗ ਨੂੰ। ਕਿੰਨੀਆਂ ਕੋਲ 6 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਇੱਥੇ, 6-7 ਗੱਡੀਆਂ ਪਾਣੀ ਦੀਆਂ ਲੱਗ ਗਈਆਂ ਨੇ, ਪਰ ਹੁਣ ਕੰਟਰੋਲ ਆ ਗਿਆ। ਬਣਿਆ ਅੰਦਰ ਜਿਹੜੇ ਕੰਪਰੈਸ਼ਰ ਨੇ ਫਰਿੱਜਾਂ ਦੇ, ਬਹੁਤ ਜ਼ਿਆਦਾ ਫਟੇ ਨੇ। ਕਿੰਨੇ ਟੋਟਲ ਫਟੇ ਕੰਪਰੈਸਰ? ਉਹ ਹਲੇ ਦੇਖਣਾ ਪੈਣਾ ਸਰ, ਗਿਣਤੀ ਹੋਊਗੀ ਇਹਨਾਂ ਦੀ ਕਿੰਨੇ ਕੁ। ਅੱਗ ਕਿੰਨੇ ਵਜੇ ਲੱਗੀ ਹੈ? ਲਗਭਗ 4:30 ਵਜੇ। ਕਿੰਨਾ ਨੁਕਸਾਨ ਹੈ? ਲਗਭਗ ਸਾਰੀ ਲੌਸ ਹੈ, ਸਾਰੀ ਲੌਸ ਹੈ, ਪੂਰੀ ਲੌਸ ਹੈ। ਤੇ ਫਾਇਰ ਵੀ ਨੁਕਸਾਨ ਤਾਂ ਨਹੀਂ ਹੋਇਆ? ਨਹੀਂ। ਫਾਇਰ ਬ੍ਰਿਗੇਡ ਕਿੰਨੇ ਵਜੇ ਆਈ ਹੈ? ਫਾਇਰ ਬ੍ਰਿਗੇਡ ਥੋੜ੍ਹੀ ਲੇਟ ਹੈ। ਤੁਸੀਂ ਕਾਲ ਕੀਤੀ ਸੀ ਸਰ? ਉਹਨੇ ਕਿੰਨੇ? ਹਾਂਜੀ ਹਾਂ, ਅਸੀਂ 4:35 'ਤੇ ਫੋਨ ਕਰਤਾ ਸੀ। ਕਿੰਨੀਆਂ ਗੱਡੀਆਂ ਆਈਆਂ? ਗੱਡੀਆਂ ਪਹਿਲਾਂ ਇੱਕ ਆਈ ਸੀ, ਉਹਦੀ ਪਾਣੀ ਖਤਮ ਹੋ ਗਿਆ, ਦੂਸਰੀ ਥੋੜ੍ਹੀ ਦੇਰ ਬਾਅਦ ਆਈ, ਥੋੜ੍ਹੀ ਸਰਵਿਸ ਇਹਨਾਂ ਦੀ ਠੀਕ ਨਹੀਂ। ਠੀਕ, ਥੈਂਕ ਯੂ।